ਮੋਸਟ ਸਾਡੇ ਬੱਚੇ ਜੋ ਡਿਪਰੈਸ ਹੋ ਕੇ ਨੌਕਰੀਆਂ ਨਾ ਮਿਲਣ ਕਰਕੇ ਨਸ਼ੇ ਦੀ ਗ੍ਰਿਫਤ 'ਚ ਨੇ, ਉਹ ਨਸ਼ੇ ਦੀ ਤੋਟ ਲੱਗਣ ਕਾਰਨ ਚੋਰੀਆਂ ਕਰਦੇ ਨੇ, ਚੇਨ ਸਨੈਚਿੰਗ ਕਰਦੇ ਨੇ, ਪਰਸ ਸਨੈਚਿੰਗ ਕਰਦੇ ਨੇ, ਕੋਈ ਔਰਤ ਗੁਰਦੁਆਰੇ ਜਾ ਰਹੀ ਹੈ, ਮੰਦਿਰ ਜਾ ਰਹੀ ਹੈ, ਮਸਜਿਦ ਜਾ ਰਹੀ ਹੈ ਤਾਂ ਸੇਫ ਨਹੀਂ, ਕਿ ਉਹ ਘਰੇ ਆਏਗੀ ਉਹਦੀ ਚੈਨੀ ਸਲਾਮਤ ਹੋਏਗੀ, ਉਹਦਾ ਮੋਬਾਈਲ ਸਲਾਮਤ ਹੋਏਗਾ ਜਾਂ ਉਹਦਾ ਪਰਸ ਸਲਾਮਤ ਹੋਏਗਾ। ਇਹ ਸਾਰਾ ਕੁਝ ਇੱਕ ਔਰਤ ਹੋਣ ਦੇ ਨਾਤੇ, ਇੱਕ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਹਾਂ ਕਿ ਜਿਸ ਮਾਂ ਦਾ ਬੱਚਾ ਨਸ਼ੇ ਤੇ ਲੱਗ ਜਾਂਦਾ ਹੈ ਉਸ ਮਾਂ ਦੀ ਮਨੋਸਥਿਤੀ ਕੀ ਹੁੰਦੀ ਹੈ, ਕਿਵੇਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਕਿਵੇਂ ਉਹਦਾ ਪਾਲਣ ਪੋਸ਼ਣ ਕਰਦੀ ਹੈ, ਕੀ ਉਹਨੇ ਸੁਪਨੇ ਸਜਾਏ ਹੁੰਦੇ ਹੈ। ਅੱਜ ਸਾਡੇ ਬੱਚੇ ਨਸ਼ਿਆਂ ਵਿੱਚ ਗ੍ਰਸਤ ਨੇ, ਸਰਕਾਰਾਂ ਇਹਦੇ ਵਿੱਚ ਫੇਲ ਹੋ ਚੁੱਕੀਆਂ ਨੇ, ਪ੍ਰਸ਼ਾਸਨ ਬਿਲਕੁਲ ਨਾਕਾਮ ਹੋ ਚੁੱਕਿਆ ਹੈ। ਅੱਜ ਕੋਈ ਵੀ ਮਨੁੱਖ, ਤੁਸੀਂ ਵੀ ਈਵਨ ਕਿ ਪੱਤਰਕਾਰ ਭਰਾ ਵੀ ਜਾਣ ਲੱਗੇ ਸ਼ਾਮ ਨੂੰ ਸੋਚਦੇ ਹੋਵੋਗੇ ਕਿ ਇਹ ਨਹੀਂ ਪਤਾ ਕੌਣ ਸਾਡੇ ਕਾਪਾ ਮਾਰ ਜੇ, ਕੌਣ ਸਾਡੇ ਤੋਂ ਮੋਬਾਈਲ ਖੋ ਕੇ ਲੈ ਜੇ। ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਨੇ ਬੜਾ ਆੜੇ ਹੱਥੀ ਲੈਣਾ ਹੈ। ਔਰ ਪਿਛਲੇ ਦਿਨਾਂ ਵਿੱਚ ਅਸੀਂ ਇਹ ਵੀ ਨੋਟ ਕੀਤਾ ਹੈ ਕਿ ਜਦੋਂ ਕਿਸੇ ਦੀ ਸਨੈਚਿੰਗ ਹੁੰਦੀ ਹੈ ਜਾਂ ਕੋਈ ਚੋਰੀ ਹੁੰਦੀ ਹੈ, ਨਸ਼ੇ ਗ੍ਰਸਤ ਵਿਅਕਤੀ ਉਹ ਚੋਰੀ ਕਰਦਾ ਹੈ, ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਹੈ ਤਾਂ ਪੁਲਿਸ ਇਹਨਾਂ ਮਾਮਲਿਆਂ ਨੂੰ ਫੇਲ ਹੋਈ ਹੈ ਪੂਰੀ ਤਰ੍ਹਾਂ ਸੋਲਵ ਕਰਨ ਵਿੱਚ। ਸਾਡਾ ਇਹ ਟੀਚਾ ਹੈ ਕਿ ਅਸੀਂ ਸਾਰੇ ਪੰਜਾਬ ਵਿੱਚ ਇਹਦੇ ਵਿਰੁੱਧ ਇੱਕ ਲਹਿਰ ਪ੍ਰਚੰਡ ਕਰਾਂਗੇ, ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ, ਆਉਣ ਵਾਲੇ ਸਮਿਆਂ 'ਚ ਅਸੀਂ ਉਹਨਾਂ ਪੁਲਿਸ ਵਾਲਿਆਂ ਦੇ ਨਾਂ ਵੀ ਨਸ਼ਰ ਕਰਾਂਗੇ ਜਿਨ੍ਹਾਂ ਨੇ ਰਿਪੋਰਟਾਂ ਗਈਆਂ ਨਸ਼ਾ ਕਰਨ ਵਾਲੇ ਜਾਂ ਚੋਰੀ ਕਰਨ ਵਾਲੇ ਫੜ ਲਏ, ਉਹਨਾਂ ਤੋਂ ਕੁਝ ਰੁਪਈਏ ਲੈ ਕੇ ਕੁਝ ਪਰਿਵਾਰ ਨੂੰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕਰ ਲਿਆ ਤੇ ਉਹ ਕੇਸ ਉੱਥੇ ਰਫਾ ਦਫਾ ਕਰਤਾ। ਇਹ ਅਲਾਮਤਾਂ ਬਹੁਤ ਵੱਧ ਰਹੀਆਂ ਨੇ, ਅੱਜ ਪੰਜਾਬ ਵਿੱਚ ਨਸ਼ਿਆਂ ਦਾ ਹੜ ਵੱਧ ਚੁੱਕਿਆ ਹੈ। ਭਗਵੰਤ ਮਾਨ ਸਾਹਿਬ ਫੇਲ ਨੇ, ਅਸੀਂ ਬੜੀ ਵਧੀਆ ਤਰ੍ਹਾਂ ਇੱਥੋਂ ਕੰਪੇਨ ਚਲਾ ਕੇ ਜੇਤੂ ਰਹੇ ਹਾਂ, ਇਹ ਸਾਡਾ ਆਪਣਾ ਇਲਾਕਾ ਹੈ, ਸਾਰੇ ਭਾਈਚਾਰਿਆਂ ਦਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪੂਰਾ ਸਾਥ ਹੈ। ਹਰ ਗਊਸ਼ਾਲਾ, ਹਰ ਮੰਦਿਰ, ਹਰ ਮਸੀਤ ਵਿੱਚ ਸਰਦਾਰ ਮਾਨ ਦੀਆਂ ਦਿੱਤੀਆਂ ਹੋਈਆਂ ਗਰੰਟਾਂ 25 ਸਾਲ ਪਹਿਲਾਂ ਵਾਲੀਆਂ ਵੀ ਤੇ ਹੁਣ ਵਾਲੀਆਂ ਵੀ ਬੋਲ ਰਹੀਆਂ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੁਹਾਡੇ ਬਰਨਾਲੇ ਲਈ 55 ਕਰੋੜ ਦਾ ਹਸਪਤਾਲ ਜੋ ਕਿ ਪਾਸ ਹੋ ਚੁੱਕਿਆ, ਬਣਨਾ ਸ਼ੁਰੂ ਹੋ ਚੁੱਕਿਆ ਹੈ, ਜਿਹਦੇ ਵਿੱਚ ਸਪੈਸ਼ਲ ਬਿਮਾਰੀਆਂ ਦਾ ਇਲਾਜ ਹੋਏਗਾ। ਜਿਵੇਂ ਪਿਛਲੇ ਦਿਨੀ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਿੰਨੇ PGI ਜਾਂ ਹੋਰ ਵੱਡੇ ਹਸਪਤਾਲਾਂ 'ਚ ਹੁੰਦਾ ਸੀ, ਉਹ ਹਸਪੀਟਲ ਬਣ ਚੁੱਕਿਆ, ਬਣਨ ਲਈ ਤਿਆਰ ਹੈ। ਸੋ ਉਹ ਮੇਰੇ ਕਹਿਣ ਦਾ ਮਸਲਾ ਹੈ, 400 ਕਰੋੜ ਰੁਪਇਆ ਪੂਰੇ ਲੋਕ ਸਭਾ ਹਲਕੇ ਸੰਗਰੂਰ ਲਈ ਸਰਦਾਰ ਮਾਨ ਲੈ ਕੇ ਆਏ ਨੇ, ਜਿਹਦੇ ਵਿੱਚ ਬਰਨਾਲੇ ਦਾ ਵੀ ਪੂਰਾ ਯੋਗਦਾਨ ਹੈ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਸਾਡੇ ਘਰਾਂ ਦੇ ਉੱਪਰ ਦੀ ਲੰਘਦੀਆਂ ਨੇ, ਸਾਡੇ ਕਿਸਾਨ ਭਰਾਵਾਂ ਨੂੰ ਜਾਂ ਸਾਡੇ ਹੋਰ ਕੰਮ ਕਰਦੇ ਲੋਕਾਂ ਨੂੰ ਕਈ ਵਾਰ ਕਰੰਟ ਲੱਗ ਜਾਂਦਾ, ਸਾਡੀ ਬਿਜਲੀ ਵੇਸਟ ਹੋ ਜਾਂਦੀ ਹੈ, ਸਾਡੇ ਬਿਜਲੀ ਦੇ ਉਪਕਰਨ ਸੜ ਜਾਂਦੇ ਨੇ, ਸਰਦਾਰ ਮਾਨ ਨੇ MP ਕੋਟੇ ਵਿੱਚੋਂ ਤੁਹਾਡੇ ਸਾਰੇ ਸੰਗਰੂਰ ਲੋਕ ਸਭਾ ਹਲਕੇ ਦੇ 3 ਜ਼ਿਲ੍ਹਿਆਂ ਲਈ 400 ਕਰੋੜ ਦੇ ਕਰੀਬ ਰੁਪਏ ਪਾਸ ਕਰਾਏ ਹੋਏ ਨੇ, 26 ਤੱਕ ਇਹ ਸਾਰਾ ਕੰਮ ਮੁਕੰਮਲ ਹੋ ਜੂ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਪਾਲਸੀਆਂ ਨੇ ਪੰਜਾਬ ਨੂੰ ਉੱਪਰ ਚੱਕਣ ਦੀਆਂ, ਭਾਈਚਾਰਕ ਸਾਂਝ ਵਧਾਉਣ ਦੀਆਂ। ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਹਿੰਦੂ ਵੀਰ ਦੀ ਮੈਂ ਇੱਕ ਸੁਣ ਰਹੀ ਸੀ, ਉਹਦੀ ਬਾਈਟ, ਉਹ ਕਹਿੰਦੇ ਪਹਿਲੀ ਵਾਰ ਹੋਇਆ ਕਿ ਕਿਸੇ MP ਨੇ ਕਿਸੇ ਮੰਦਰਾਂ ਨੂੰ ਵੀ ਗ੍ਰਾਂਟ ਦਿੱਤੀ ਹੋਵੇ। ਸਾਡੀ ਪਾਰਟੀ ਬਹੁਤ ਹੀ ਵਧੀਆ ਢੰਗ ਨਾਲ ਇੱਥੋਂ ਪਹਿਲਾਂ ਵੀ ਅਸੀਂ ਇਲੈਕਸ਼ਨਾਂ ਲੜਦੇ ਰਹੇ ਹਾਂ, ਔਰ ਤੁਹਾਡੇ ਸਹਿਯੋਗ ਨਾਲ ਅਸੀਂ ਮਿਹਨਤ ਰੱਖਿਆ ਕਿ ਪੰਜਾਬ ਵਿੱਚੋਂ ਅਸੀਂ ਨਸ਼ਾ ਬਿਲਕੁਲ ਬੰਦ ਕਰ ਦੇਣਾ ਹੈ। ਸਾਡੇ ਪੰਜਾਬ ਦੇ ਲੋਕ ਬੜੀ ਸ਼ਾਂਤੀ ਨਾਲ, ਬੜੀ ਸੱਭਿਆ ਢੰਗ ਨਾਲ ਰਹਿਣਗੇ ਜੇ ਸਾਡੇ ਪੰਜਾਬ ਦਾ ਵਿਕਾਸ ਹੋਊਗਾ। ਅੱਜ ਸਾਡੇ ਬੱਚੇ ਜਿਹੜੇ ਹਿਜਰਤ ਕਰਕੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ, ਅੱਜ ਤੁਸੀਂ ਸਮਝਦਾਰ ਹੋ, ਬਾਹਰਲੇ ਮੁਲਕਾਂ 'ਚ ਵੀ ਹਾਲਾਤ ਬੜੇ ਖਰਾਬ ਨੇ, ਉੱਥੇ ਵੀ ਬੱਚਿਆਂ ਨੂੰ ਪੂਰਾ ਰੁਜ਼ਗਾਰ ਨਹੀਂ ਮਿਲ ਰਿਹਾ। 25-30 ਲੱਖ ਰੁਪਇਆ ਇੱਕ ਬੱਚਾ ਲੈ ਜਾਂਦਾ ਸਰਮਾਇਆ, ਸਾਡੇ ਪੰਜਾਬ ਦਾ ਅੱਜ ਬਾਹਰਲੇ ਮੁਲਕਾਂ 'ਚ ਜਾ ਰਿਹਾ, ਜੋ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ। ਔਰ ਸਾਡੇ ਜਿਹੜੇ ਟ੍ਰੇਡ ਨੇ, ਅੱਜ ਅੰਡਾਨੀ ਦੀ ਬੰਦਰਗਾਹ ਰਾਹੀਂ ਟ੍ਰੇਡ ਹੋ ਰਿਹਾ ਹੈ ਇੰਡੀਆ ਗਵਰਨਮੈਂਟ ਦਾ, ਸਾਡਾ ਪੰਜਾਬ ਦਾ, ਅਸੀਂ ਬੰਦਰਗਾਹ ਖੁਲਾਉਣ ਦਾ ਉਪਰਾਲਾ ਕਰਾਂਗੇ, ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਸਾਡਾ ਅਨਾਜ ਰੂਸ ਤੱਕ ਜਾਏਗਾ। ਅੱਜ ਪਾਕਿਸਤਾਨ ਰੂਸ ਤੋਂ ਆਪਦਾ ਕਣਕ ਲੈਂਦਾ, ਸਾਡੇ ਤੋਂ ਲਏਗਾ। ਇਹ ਸਾਰੀਆਂ ਸਾਡੀ ਪਾਰਟੀ ਦੀਆਂ ਏਜੰਡਾ ਹੈ, ਸਾਡੀ ਪਾਰਟੀ ਦਾ ਟੀਚਾ ਹੈ। ਸੋ ਗੁਰੂ ਪਿਆਰਿਓ, ਮੈਂ
ਤੁਹਾਡਾ ਸਹਿਯੋਗ ਚਾਹੁੰਦੀ ਹਾਂ। ਸਾਰੇ ਵਿੰਗਾਂ ਦੀਆਂ ਅੱਜ ਅਸੀਂ ਨਿਯੁਕਤੀਆਂ ਕਰਨੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਅੱਜ ਜੋ ਨਿਯੁਕਤੀਆਂ ਤੁਹਾਨੂੰ ਪ੍ਰੈਸ ਨੂੰ ਦੱਸ ਦਿੰਦੇ ਹਾਂ ਉਹ ਸਾਡੇ ਕੱਟੂ ਸਾਹਿਬ ਦੱਸ ਦੇਣਗੇ। ਬੀਬੀ ਮਾਨਕੀ ਜੀ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ, ਬੀਬੀ ਰਸ਼ਪਿੰਦਰ ਕੌਰ ਗੁਰ ਅੰਮ੍ਰਿਤਸਰ ਤੋਂ ਉਹ ਜਨਰਲ ਸਕੱਤਰ ਨੇ, ਬੀਬੀ ਪ੍ਰਦੀਪ ਕੌਰ ਬਰਨਾਲਾ ਉਹ ਜਨਰਲ ਸਕੱਤਰ ਨੇ, ਔਰ ਇੱਕ ਦੋ ਬੀਬੀਆਂ ਦੇ ਨਾਂ ਤੁਹਾਨੂੰ ਅਸੀਂ ਆਉਂਦੇ ਸਮੇਂ ਤੱਕ ਦੇ ਦਾਂਗੇ। ਪੂਰੀ ਅਸੀਂ 20 ਮੈਂਬਰੀ ਜਾਂ 10 ਮੈਂਬਰੀ ਜੋ ਵੀ ਸਾਡੀ ਕਮੇਟੀ ਹੈ ਬਣੀ ਹੈ, ਅੱਜ ਅਸੀਂ ਇੱਕ ਬੀਬੀਆਂ ਦੀ 11 ਮੈਂਬਰੀ ਕਮੇਟੀ ਹੋਰ ਬਣਾ ਕੇ ਤੁਹਾਨੂੰ ਪ੍ਰੈਸ ਨੂੰ ਅਸੀਂ ਦੱਸ ਦਿਆਂਗੇ ਕਿ ਅਸੀਂ ਆਉਣ ਵਾਲੀ ਜ਼ਿਮਨੀ ਚੋਣਾਂ ਵਿੱਚ ਪੂਰਾ ਆਪਣਾ ਅਸੀਂ ਯੋਗਦਾਨ ਪਾ ਰਹੇ ਹਾਂ ਔਰ ਜੇਤੂ ਹੋ ਕੇ ਨਿਕਲਾਂਗੇ ਤੁਹਾਡੇ ਸਹਿਯੋਗ ਸਦਕਾ। ਕਿਸੇ ਵੀ ਕਿਸਮ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਈ ਦਰਪੇਸ਼ ਮੁਸ਼ਕਲ ਹੈ, ਕੋਈ ਚੇਨ ਸਨੇਚਿੰਗ ਹੈ, ਕੋਈ ਪੁਲਿਸ ਵਾਲਾ ਅਫਸਰ ਗੱਲ ਨਹੀਂ ਸੁਣਦਾ, ਕੋਈ ਡੀਸੀ ਗੱਲ ਨਹੀਂ ਸੁਣਦਾ, ਕੋਈ ਵੀਡੀਓ ਵੀ ਗੱਲ ਨਹੀਂ ਸੁਣ BDPO ਗੱਲ ਨਹੀਂ ਸੁਣਦਾ, ਤਾਂ ਅਸੀਂ ਹਰ ਤਰੀਕੇ ਨਾਲ ਤੁਹਾਡੀ ਗੱਲ ਸੁਣਾਂਗੇ, ਉਹਨੂੰ ਸੋਲਵ ਵੀ ਕਰਾਂਗੇ। ਅਸੀਂ ਪਿਛਲੇ ਸਮਿਆਂ 'ਚ ਵੇਖਿਆ ਕਿ ਜਿਹੜੀਆਂ ਸਾਡੀਆਂ ਬੱਚੀਆਂ ਏਜੰਟਾਂ ਦੇ ਹੱਥੇ ਚੜ੍ਹ ਕੇ ਬਾਹਰਲੇ ਮੁਲਕਾਂ ਵਿੱਚ ਕਿਡਨੈਪ ਹੋ ਕੇ ਰਹਿ ਗਈਆਂ ਸੀ, ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਸੀ, ਤਾਂ ਸਰਦਾਰ ਮਾਨ ਦੇ ਸੁਹਿਰਦ ਯਤਨਾਂ ਸਦਕਾ ਉਹ ਲੋਕ ਇੱਥੇ ਕੁੜੀਆਂ ਵਾਪਸ ਆਈਆਂ ਨੇ। ਇਹ ਸਾਰੇ ਯਤਨ ਅਸੀਂ ਸਾਡੀ ਪਾਰਟੀ ਸਦਾ ਯਤਨਸ਼ੀਲ ਰਹੀ ਹੈ ਪੰਜਾਬ ਦੇ ਲੋਕਾਂ ਲਈ, ਪੰਜਾਬ ਦੀ ਭਲਾਈ ਲਈ, ਪੰਜਾਬੀਅਤ ਲਈ, ਪੰਜਾਬ ਦੇ ਪਾਣੀਆਂ ਲਈ, ਪੰਜਾਬ ਨੂੰ ਸੁਖਾਵਾਂ ਮਾਹੌਲ ਦੇਣ ਲਈ, ਕਿ ਸਾਡੇ ਪੰਜਾਬ ਵਿੱਚ ਨਸ਼ੇ ਨਾ ਹੋਣ, ਸਾਡਾ ਰੰਗਲਾ ਪੰਜਾਬ ਹੋਵੇ, ਸਾਡੇ ਪੰਜਾਬ ਦੇ ਲੋਕ ਸਾਰੇ ਭਰਾਤਰੀ ਭਾਵ ਨਾਲ ਭਾਈਚਾਰਕ ਸਾਂਝ ਨਾਲ ਰਹਿਣ। ਇਹ ਸਾਰੀਆਂ ਗੱਲਾਂ ਨੂੰ ਸਾਡੀ ਪਾਰਟੀ ਪਹਿਲ ਦੇ ਆਧਾਰ ਤੇ ਰੱਖਦੀ ਹੈ, ਰੱਖਦੀ ਰਹੇਗੀ। ਇੰਨੀਆਂ ਹੀ ਬੇਨਤੀਆਂ ਹੁਣ ਸਾਡੇ ਕੱਟੂ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ। ਦੇਖੋ ਜੀ, ਹਾਰ ਦੇ ਕਾਰਨ ਅਸੀਂ ਤੇ ਮੰਨਦੇ ਹਾਂ ਸਰਕਾਰ ਦੀਆਂ ਪਾਲਿਸੀਆਂ, ਕਿਉਂਕਿ ਸਾਰੀ ਮੋਦੀ ਸਰਕਾਰ ਇਹਨਾਂ ਦੀ ਡਵਾਲ ਸਾਹਿਬ ਤੱਕ ਸਭ ਦਾ ਜ਼ੋਰ ਲੱਗਿਆ ਪਿਆ ਸੀ ਕਿ ਸਰਦਾਰ ਮਾਨ ਨੂੰ ਹਰਾਇਆ ਜਾਵੇ। ਇੱਥੇ ਘੱਟ ਗਿਣਤੀਆਂ ਸੇਫ ਨਹੀਂ, ਮਣੀਪੁਰ ਵਿੱਚ ਔਰਤਾਂ ਨੂੰ, ਈਸਾਈ ਔਰਤਾਂ ਨੂੰ ਨੰਗਾ ਭਜਾਇਆ ਗਿਆ, ਹਰਿਆਣੇ ਵਿੱਚ ਮੁਸਲਮਾਨ ਭਰਾਵਾਂ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿ ਤੁਹਾਡੀ ਪਤੀਲੀ ਵਿੱਚ ਗਊ ਮਾਸ ਰਿੱਝ ਰਿਹਾ, ਸਾਨੂੰ ਸ਼ੱਕ ਹੈ। ਸਿੱਖ ਬੱਚੀਆਂ ਪੇਪਰ ਦੇਣ ਗਈਆਂ ਰਾਜਸਥਾਨ ਵਿੱਚ ਜੱਜ ਬਣਨ ਦਾ, ਉਹ ਆਲਰੇਡੀ ਬੱਚੀ ਵਕੀਲ ਸੀ, ਉਹਦਾ ਕੜਾ ਲਵਾਇਆ ਗਿਆ, ਉਹਦੇ ਮਤਲਬ ਕਕਾਰ ਲਵਾਏ ਗਏ। ਇੱਥੇ ਘੱਟ ਗਿਣਤੀਆਂ ਸੇਫ ਨਹੀਂ, ਮੈਂ ਤਾਂ ਇਹਨੂੰ EVM ਮਸ਼ੀਨ ਵਿੱਚ ਕਪਲਾ ਸਮਝਦੀ ਹਾਂ। ਜਿੰਨੀਆਂ ਵੀ ਤੁਸੀਂ ਮੀਡੀਆ ਨਾਲ ਸੰਬੰਧਿਤ ਲੋਕ ਹੋ, ਜਿੰਨੀਆਂ ਵੀ ਇੰਟੈਲੀਜੈਂਸੀ ਰਿਪੋਰਟਾਂ ਸੀ, ਮੀਡੀਆ ਦੀਆਂ ਰਿਪੋਰਟਾਂ ਸੀ, ਤੁਸੀਂ ਪੁਰਾਣੇ ਸਾਰੇ ਰਿਕਾਰਡ ਭੋਖ ਕੇ ਵੇਖ ਲਓ। ਜਦੋਂ ਆਪਾਂ ਲੋਕਾਂ ਤੋਂ ਸਰਵੇ ਕਰਦੇ ਹਾਂ, ਕਿਤੇ ਵੀ ਇਹ ਨਜ਼ਰ ਨਹੀਂ ਸੀ ਆਉਂਦਾ ਕਿ ਸਰਦਾਰ ਮਾਨ ਹਾਰਨਗੇ। ਸਰਦਾਰ ਮਾਨ ਨੇ ਜਿੰਨੇ ਵੀ ਗਾਰੰਟੀਆਂ ਦਿੱਤੀਆਂ, ਬਿਨਾਂ ਕਿਸੇ ਪੱਖਪਾਤ ਤੋਂ ਦਿੱਤੀਆਂ, ਹਰ ਭਾਈਚਾਰੇ ਨੂੰ ਦਿੱਤੀਆਂ। ਹਾਰ ਦਾ ਕਾਰਨ ਮੈਂ EVM ਮਸ਼ੀਨਾਂ ਨੂੰ ਬਿਲਕੁਲ ਨਹੀਂ ਬੋਲਦੇ ਜੀ, ਸਾਡੀਆਂ ਤੁਸੀਂ ਸਟੇਟਮੈਂਟਸ ਕਰ ਲਓ। ਜਿਹੜਾ ਮਾਨ ਸਾਹਿਬ ਕਦੇ ਵੀ ਹਿੰਦੂ ਤਬਕੇ ਦੇ ਉਲਟ ਨਹੀਂ ਬੋਲੇ, ਉਹ ਮਾਨ ਸਾਹਿਬ ਜਦੋਂ ਵੀ ਬੋਲੇ ਹੈ ਉਹ ਜਿਹੜੀਆਂ ਜਿਵੇਂ ਸਿਵ ਸੈਨਾ ਹਿੰਦੂ ਤਬ, ਹਿੰਦੂ ਹਿੰਦੂ ਤੇ ਹਿੰਦੂ ਤਬ ਚ ਫਰਕ ਹੈ। ਜੇ ਜਿਹੜਾ ਹਿੰਦੂ ਤਬ ਹੈ ਜਿਹੜਾ ਸਿੱਖਾਂ ਨੂੰ ਹਰ ਥਾਂ ਜਲੀਲ ਕਰਦਾ, ਸਿੱਖਾਂ ਨੂੰ ਇਹ ਕਹਿੰਦਾ ਕਿ ਇਹ ਇੱਕ ਜਰਾਇਮ ਪੇਸ਼ਾ ਕੌਮ ਹੈ, ਸਿੱਖਾਂ ਨੂੰ ਇਹ ਕਹਿੰਦਾ ਕਿ ਸਿੱਖਾਂ ਤੇ ਜੇ ਅਸੀਂ ਹਿੰਦੂਆਂ ਦੇ ਬਰਖਿਲਾਫ਼ ਹੋਈਏ ਤਾਂ ਗੋਪੀ ਜੀ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਹੈਗੇ ਤੇ ਇਹ ਹਿੰਦੂ ਹਿੰਦੂ ਕਿਉਂ ਸਾਡੇ ਨਾਲ ਲੜ ਰਹੇ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮਾਨ ਸਾਹਿਬ ਕਦੇ ਵੀ ਹਿੰਦੂਆਂ ਦੇ ਬਰਖਿਲਾਫ਼, ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਏਜੰਡਾ ਤੇ ਨਾ ਹੀ ਰਿਹਾ, ਨਾ ਹੀ ਪਿਛਲੇ ਸਮੇਂ 'ਚ ਰਿਹਾ। ਅਸੀਂ ਹਿੰਦੂ ਮੁਸਲਮਾਨ ਜੋ ਵੀ ਪੰਜਾਬ ਦਾ ਪੰਜਾਬੀ ਸਾਡਾ ਹੈ, ਅਸੀਂ ਉਹਨਾਂ ਦੇ ਨਾਲ ਹੈ ਹਰ ਵੇਲੇ। ਮਾਨ ਸਾਹਿਬ ਕਦੋਂ ਵੀ, ਜੇਕਰ ਰੂਪਨ ਦਿਓਲ ਬਜਾਜ ਜਦੋਂ ਬੇਅੰਤ ਸਿੰਘ ਦਾ ਬੁੱਚਣ ਦਾ ਅੰਨਾ ਰਾਜ ਸੀ ਤਾਂ ਰੂਪਨ ਦਿਓਲ ਬਜਾਜ ਇੱਕ ਹਿੰਦੂ ਬੀਪੀ ਸੀ, ਉਹਦੇ ਨਾਲ KPS ਗੱਲ ਵੱਲੋਂ ਛੇੜਖਾਨੀ ਕੀਤੀ ਗਈ, ਤਾਂ ਉਸ ਸਮੇਂ ਕੋਈ ਵੀ ਨਾ ਅਕਾਲੀ ਨਾ ਕਾਂਗਰਸੀ ਸਿੱਖ ਪੰਜਾਬ ਦਾ ਨਹੀਂ ਬੋਲਿਆ, ਇਕੱਲੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਖੜੇ। ਅਸੀਂ ਉਹ ਇੱਕ IAS ਅਫੀਸਰ ਸੀਗੀ ਤੇ ਉਹਦੇ ਨਾਲ KPS ਗਿੱਲ ਦੇ ਰਾਜ 'ਚ ਜਦੋਂ
ਕੋਈ ਪੱਤਾ ਵੀ ਨਹੀਂ ਚੱਲਦਾ, ਕੋਈ ਉਹਦੇ ਵਿਰੁੱਧ ਬੋਲਣ ਨੂੰ ਤਿਆਰ ਨਹੀਂ ਸੀ, ਤਾਂ ਉਹਨੂੰ ਉਸ ਦੇ ਵਿੱਚ ਵਿਕਟਮ ਸਿੱਧ ਕਰਕੇ ਉਹਨੂੰ ਜੇਲ੍ਹ ਕਰਾਈ ਆ ਕੇਪੀ ਇਸ ਗੱਲ ਨੂੰ। ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਕਦੇ ਵੀ ਤੁਹਾਡੀ ਗੱਲ ਵਿਚਾਲੇ ਆ। ਕੈਪਟਨ ਕੈਪਟਨ ਅਭਿਮਨਿਊ ਸਿੰਘ ਹਿੰਦੂ ਲੜਕਾ ਸੀ, ਕੈਪਟਨ ਸੀ ਭਾਰਤੀ ਫੌਜ ਵਿੱਚ, ਆਪਣਾ ਇੱਕ ਸਮਝੌਤਾ ਹੋਇਆ ਪਾਕਿਸਤਾਨ ਦੇ ਨਾਲ ਕਿ ਜੇ ਕੋਈ ਰਾਜਸੀ ਕੈਦੀ, ਉਹਨੂੰ ਰਾਜਸੀ ਕੈਦੀ ਬੋਲਦੇ ਜਿਹੜੇ ਫੌਜੀ ਫੜੇ ਜਾਂਦੇ ਨੇ, ਉਹਦੇ ਨਾਲ ਵਧੀਆ ਬਿਹੇਵ ਕਰਨਾ। ਕੈਪਟਨ ਅਭਿਮਨਿਊ ਸਿੰਘ ਦੇ ਅੱਖ ਅਭਿਮਨਿਊ ਜੀ ਦੇ ਅੱਖ ਨੱਕ ਕੰਨ ਕੱਟਤੇ ਸੀ ਪਾਕਿਸਤਾਨ ਗੌਰਮੈਂਟ ਨੇ, ਤੇ UNO ਤੱਕ ਇਹ ਮਸਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਲੈ ਕੇ ਗਈ ਸੀ। ਤੁਹਾਡੀ ਮੈਂ ਸਿਹਤ ਜਾਣਕਾਰੀ ਲਈ ਦੱਸਦਾ, ਤੁਸੀਂ ਪੱਤਰਕਾਰ ਭਰਾ ਹੋ, ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਇੱਕ ਸਿੱਖ ਬੰਦਾ ਹੈ ਉਹ ਸਭ ਨੂੰ ਪਿਆਰ ਕਰਦਾ ਹੈ। ਮੀਤ ਸਭ ਨੂੰ ਕੋ ਆਪਨ ਕਿੰਨਾ ਹਮ ਸਭਨਾ ਕੇ ਸਾਜਨ, ਬੀਬੀ ਰੂਪਨ ਦਿਓਲ ਵਾਲਾ ਕਿੱਸਾ ਤੁਹਾਡੇ ਸਾਹਮਣੇ ਹੈ। ਬੀਬੀ ਕੇਤੀਆ ਫਰਾਂਸ ਦੀ ਬੱਚੀ ਸੀ, ਸਾਡੇ ਇੰਡੀਆ 'ਚ ਸੈਰ ਕਰਨ ਆਈ ਸੀ। ਬੇਅੰਤ ਸਿੰਘ ਮੁੱਖ ਮੰਤਰੀ ਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਨਾਲ ਜਬਰ ਜਨਾਹ ਕੀਤਾ, ਤਾਂ ਉਹਨੂੰ ਮਤਲਬ ਸਜ਼ਾ ਦਵਾਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਕੈਪਟਨ ਅਭਿਮਨਿਊ ਜੀ ਵਾਲਾ ਮਸਲਾ ਤੁਹਾਡੇ ਸਾਹਮਣੇ ਹੈ। ਔਰ ਮੇਰੇ ਵੀਰ ਨਵਨੀਤ ਗੋਪੀ ਜੀ, ਸਾਡੇ ਨਾਲ ਹਿੰਦੂ ਭਰਾ ਬੜੇ ਜੁੜੇ ਹੋਏ ਨੇ, ਤੁਸੀਂ ਵੀ ਸਾਡੇ ਭਰਾ ਹੋ, ਜੇ ਤੁਹਾਨੂੰ ਡਰ ਲੱਗਦਾ ਹੋਵੇ ਤੁਸੀਂ ਅੱਜ ਕਿਵੇਂ ਆ ਜਾਂਦੇ? ਜੀ ਖਾਲਿਸਤਾਨ ਪਿਓਰਸਤਾਨ ਉਵੇਂ ਦਾ ਹੋਏਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿਹਦੇ ਵਿੱਚ ਜਿਹਦੇ ਵਿੱਚ ਮੁਸਲਮਾਨ ਅਜੀਜ਼ੂਦੀਨ ਵਰਗੇ ਬਹੁਤ ਵੱਡੇ ਅਹੁਦਿਆਂ ਤੇ ਸੀ, ਟੋਡਰਮੱਲ ਦੀਵਾਨ ਜੀ ਵਰਗੇ ਹਿੰਦੂ ਬਹੁਤ ਵੱਡੇ ਅਹੁਦਿਆਂ ਤੇ ਸੀ। ਸਾਡਾ ਹਲੇਮੀ ਰਾਜ ਹੋਊਗਾ, ਸਿੱਖੀ ਵਾਲਾ ਰਾਜ ਹੋਊਗਾ, ਜਿਹਦੇ ਵਿੱਚ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਕਿਸੇ ਨੂੰ ਫਾਂਸੀ ਨਹੀਂ ਹੋਈ, ਕਿਸੇ ਕੁੱਤੇ ਦੇ ਗਲ ਵਿੱਚ ਤੁਸੀਂ ਸੋਨੇ ਦਾ ਕੰਛਾ ਪਾ ਕੇ ਤੋਰ ਦਿਓ, ਇਹੋ ਜਿਹਾ ਵਧੀਆ ਰਾਜ ਸੀ। ਸਾਰੀਆਂ ਹਿੰਦੂ ਬੀਬੀਆਂ ਆਈਆਂ ਹੋਈਆਂ ਸੀ ਉੱਥੇ, ਸੋ ਇਹ ਗਲਤ ਪ੍ਰਚਾਰ ਕਰਨ ਦਾ ਢੰਗ ਹੁੰਦਾ ਜਿਹੜੇ ਸਾਡੇ ਵਿਰੋਧੀ ਹੁੰਦੇ ਆ। ਅਸੀਂ ਕੋਈ ਹੁਣ ਤੱਕ ਤਰਫੀਆਂ ਨਹੀਂ ਕੀਤੀ, ਸਹੀ ਰਾਜ ਦਿੱਤਾ ਸਰਦਾਰ ਮਾਨ ਦੀ ਕਰਾਰ ਤੇ, ਇੱਕ ਰੁਪਈਆ ਸਹੀ ਹੱਥਾਂ 'ਚ ਗਿਆ, ਤਾਂ ਵਿਰੋਧੀਆਂ ਕੋਲ ਕਰਨ ਲਈ ਹੋਰ ਕੋਈ ਪ੍ਰਚਾਰ ਨਹੀਂ ਹੁੰਦਾ। ਉਹ ਇਹੋ ਜਿਹੇ ਪ੍ਰਚਾਰ ਕਰਕੇ ਸਾਡੇ ਪ੍ਰਚਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਪਹਿਲਾਂ ਵੀ ਇੱਥੋਂ MP ਜਿੱਤੇ ਆ, ਤੁਹਾਡੇ ਇੱਥੇ ਮਤਲਬ ਮੈਨੂੰ ਯਾਦ ਆ ਤਪੇ ਦੀ ਆਰਤੀ ਐਸੋਸੀਏਸ਼ਨ ਨੇ ਸਾਨੂੰ ਰਾਤ ਨੂੰ ਸਨਮਾਨਿਤ ਕੀਤਾ ਸੀ, ਮੈਂ ਖੁਦ ਸਨਮਾਨਿਤ ਹੋਈ ਆ ਜਾ ਕੇ। ਸੋ ਮੇਰੇ ਕਹਿਣ ਦਾ ਮਤਲਬ ਮੈਂ ਅੱਜ ਪਹਿਲੀ ਵਾਰ ਬਰਨਾਲੇ ਨਹੀਂ ਆਈ, 30 ਸਾਲ ਤੋਂ ਮੈਂ ਇੱਥੇ ਚੋਣ ਕੰਪੇਨ ਚਲਾ ਰਹੀ ਹਾਂ, ਜਿਹੜੇ ਤੁਹਾਡੇ ਪੁਰਾਣੇ ਬਜ਼ੁਰਗ ਨੇ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ, ਮਿਸਟਰ ਨਾਣਾ ਹੈ ਕੋਈ ਤੁਹਾਡੇ ਆਰਤੀ ਐਸੋਸੀਏਸ਼ਨ ਦੇ, ਉਹ ਵੀ ਮੇਰੇ ਭਰਾ ਨੇ ਚੰਗੀ ਤਰ੍ਹਾਂ ਜਾਣਦੇ ਨੇ ਰਜਿੰਦਰ ਗੁਪਤਾ ਜੀ, ਸਾਰੇ ਸਾਡੇ ਆਪਦੇ ਭਰਾ ਨੇ। ਨਵਨੀਤ ਗੋਪੀ ਜੀ ਇੱਕ ਤਾਜ਼ਾ ਉਦਾਹਰਨ ਹੈ, ਜੇ ਅਸੀਂ ਐਡੇ ਹੀ ਸੌੜੀ ਸੋਚਦੇ ਹੋਈਏ, ਸਿੱਖ ਐਡੀ ਸੌੜੀ ਸੋਚ ਦਾ ਹੋ ਨਹੀਂ ਸਕਦਾ। ਸਾਨੂੰ ਸਾਡੇ ਗੁਰੂਆਂ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਸਿਖਾਇਆ ਕਿ ਅਸੀਂ ਮਾਨਵਤਾ ਨੂੰ ਪਿਆਰ ਕਰਦੇ ਹਾਂ, ਇਨਸਾਨੀਅਤ ਨੂੰ ਪਿਆਰ ਕਰਦੇ ਹਾਂ। ਜੇ ਹੁਣ ਕੋਰੋਨਾ ਦੇ ਦਿਨਾਂ 'ਚ ਆਕਸੀਜਨ ਦੇ ਲੰਗਰ ਸੀ ਤਾਂ ਕਦੇ ਵੇਖਿਆ ਵੀ ਕਿਹਨੂੰ ਦੇਣੇ ਆ? ਜੇ ਭਾਈ ਕਨਈਆ ਜੀ ਪਾਣੀ ਛਕਾ ਰਹੇ ਸੀ ਕਦੇ ਵੇਖਿਆ ਕਿਹਨੂੰ ਦੇਣਾ? ਕਦੇ ਵੀ ਨਹੀਂ। ਇਹ ਗੱਲ ਦਿਲੋਂ ਕੱਢ ਦਿਓ, ਤੁਸੀਂ ਪੱਤਰਕਾਰ ਭਾਈਚਾਰਾ ਸਾਡਾ ਚੌਥਾ ਥੰਮ ਹੋ, ਤੁਹਾਡੇ ਰਾਹੀਂ ਇਹ ਗੱਲਾਂ ਸਾਰੇ ਵਰਲਡ ਵਿੱਚ ਜਾਣੀਆਂ ਨੇ। ਸਰਦਾਰ ਮਾਨ ਸਾਡੀ ਪਾਰਟੀ, ਅਸੀਂ ਸਿੱਖੀ ਸਿਧਾਂਤਾਂ ਨੂੰ ਪਰਨਾਏ ਹੋਏ ਹਾਂ, ਸਭ ਨੂੰ ਬਰਾਬਰ ਪਿਆਰ ਕਰਦੇ ਹਾਂ, ਔਰ ਸਾਰੇ ਇੱਥੇ ਸੇਫ ਨੇ, ਸਾਰਿਆਂ ਦੀਆਂ ਧੀਆਂ ਭੈਣਾਂ ਸਾਡੀਆਂ ਧੀਆਂ ਭੈਣਾਂ, ਹਰ ਵਰਗ ਦੇ ਹਿੱਤ ਇੱਥੇ ਸੇਫ ਨੇ, ਹਰ ਵਰਗ ਨੂੰ ਬਰਾਬਰ ਉਹਨਾਂ ਦੇ ਅਧਿਕਾਰ ਮਿਲਣਗੇ। ਜੀ ਤੁਸੀਂ ਮੇਰੀ ਬੇਨਤੀ ਸਮਝੋ, ਜਦੋਂ ਵੱਡੀਆਂ ਚੋਣਾਂ ਹੁੰਦੀਆਂ ਉਦੋਂ ਹੁੰਦਾ ਮਸਲਾ ਕਿ ਅਸੀਂ ਸਰਕਾਰ ਬਣਾਉਣੀ। ਮੇਰੀ ਗੱਲ ਸੁਣੋ, ਬੜੇ ਸ਼ਾਮ ਦਾਮ ਦੰਡ ਭੇਦ ਵਰਤੇ ਜਾਂਦੇ ਨੇ, ਇਹੋ ਜਿਹੇ ਪ੍ਰਚਾਰ ਕਰ ਦਿੱਤੇ ਜਾਂਦੇ ਨੇ, ਇਹੋ ਜਿਹੇ ਨਾਵਾਂ ਦੇ ਲੋਕ ਨਾਲ ਖੜਾ ਦਿੱਤੇ ਜਾਂਦੇ ਨੇ। ਸਰਦਾਰ ਮਾਨ ਨੂੰ ਬੜੀ ਸ਼ਾਨ ਵਾਲੀ ਵੋਟ ਪਈ ਆ, 2 ਲੱਖ ਵੋਟ ਨਾਲ ਸਰਦਾਰ ਮਾਨ ਉੱਤੋਂ ਕਰੀਬ 2 ਲੱਖ ਵੋਟ ਪਈ ਹੈ, ਔਰ ਜਿੱਥੇ ਜਿੱਥੇ ਵੀ ਸਾਡੇ ਸਾਰੇ ਕਿਤੇ MP ਖੜੇ ਸੀ ਨਾ, 45-45 ਹਜ਼ਾਰ ਵੋਟ ਪਈ ਹੈ, ਔਰ ਤੁਸੀਂ ਸਾਡਾ ਗ੍ਰਾਫ ਚੈੱਕ ਕਰੋ, ਅੱਗੇ ਨਾਲੋਂ ਵੱਧ ਰਿਹਾ, ਸਾਡੀ ਲੋਕਪ੍ਰਿਯਤਾ ਵੱਧ ਰਹੀ ਹੈ। ਅੱਜ ਖੇਤਰੀ ਪਾਰਟੀ ਹੈ ਨਹੀਂ, ਸਾਨੂੰ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ, ਔਰ ਹਮੇਸ਼ਾ ਰਹੀ ਹੈ ਔਰ ਰਹੂਗੀ, ਜੇ ਪੰਜਾਬ ਦੇ ਹਿੱਤ ਤੁਸੀਂ ਸੇਫ ਕਰਨੇ ਹੈ। ਪੱਤਰਕਾਰ ਸਾਹਿਬ, ਅੱਜ ਭਾਖੜਾ ਸਾਡੇ ਤੇ ਮੁਸੱਲਤ ਹੈ, ਇੱਕ ਮਿੰਟ ਮੇਰੀ ਬੇਨਤੀ ਸੁਣੋ, ਇੱਕ ਮਿੰਟ ਪਲੀਜ਼। ਖੇਤਰੀ ਪਾਰਟੀ ਦੀ ਜ਼ਰੂਰਤ ਹੈ, ਸਰਦਾਰ ਮਾਨ ਖੇਤਰੀ ਪਾਰਟੀ ਹੈ, ਜੇ ਅੱਜ ਸਾਰੇ ਇੰਡੀਆ 'ਚ ਜਿੰਨੇ ਡੈਮ ਆ ਉਹਨਾਂ ਦਾ ਪ੍ਰਬੰਧ ਉੱਥੋਂ ਦੀਆਂ ਸਟੇਟ ਗੌਰਮੈਂਟ ਕੋਲ ਹੁੰਦਾ, ਇਕੱਲਾ ਇੰਡੀਆ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ, ਸਾਡੇ ਪਾਣੀਆਂ ਦੇ ਪ੍ਰਬੰਧ ਸਾਡੇ ਕੋਲ ਹੈ ਨਹੀਂ, ਜਦੋਂ ਕਿ ਰਾਈਪੇਰੀਅਨ ਲਾ ਬਣਿਆ ਆਲ ਵਰਲਡ ਦਾ, ਜਿੱਥੇ ਕੋਈ ਦਰਿਆ ਵਗਦਾ ਨਦੀ ਵਗਦੀ ਉਹਦੇ ਪਾਣੀਆਂ ਤੇ ਉੱਥੋਂ ਦੇ ਲੋਕਾਂ ਦਾ ਹੱਕ ਹੈ। ਅੱਜ ਅਸੀਂ ਸਾਰੇ, ਤੁਸੀਂ ਸੰਗਰੂਰ ਵਾਲੇ ਵੀ, ਬਰਨਾਲੇ ਵਾਲੇ ਵੀ,
ਅਸੀਂ ਸਾਰੇ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹਾਂ, ਜਿਹਦੇ ਵਿੱਚ ਯੂਰੇਨੀਅਮ ਦੇ ਤੱਤ ਹੈ। ਇਹ ਅਧਿਕਾਰ ਸਾਡੇ ਤੋਂ ਖੋਹਿਆ ਜਾ ਰਿਹਾ। ਇਹਨਾਂ ਅਧਿਕਾਰਾਂ ਦੀ ਰਾਖੀ ਕਰੂਗੀ ਖੇਤਰੀ ਪਾਰਟੀ। ਜਿਹੜਾ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਲੰਮੇ ਸਮੇਂ ਤੋਂ ਇੱਥੋਂ ਚੋਣਾਂ ਲੜੀਆਂ, ਐਮ ਪੀ ਵੀ ਬਣਿਆ, ਪਿਛਲੀ ਵਾਰ ਵੀ ਐਮ ਪੀ ਬਣਿਆ, ਉਦੋਂ ਪਹਿਲਾਂ ਵੀ ਐਮ ਪੀ ਬਣਿਆ। ਉਹ ਵੀ ਸਮਾਂ ਸੀ ਕਿ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਪਹਿਲਾਂ ਐਮ ਪੀ ਜਿੱਤੇ ਸੀ ਤਾਂ ਉਸ ਤੋਂ ਪਹਿਲਾਂ ਐਮ ਪੀ ਦੀਆਂ ਗਰਾਂਟਾਂ ਦਾ ਹੀ ਨਹੀਂ ਸੀ ਪਤਾ ਹੁੰਦਾ। ਜਦੋਂ ਪਹਿਲੀ ਵਾਰ ਐਮ ਪੀ ਇੱਥੋਂ 2001 ਦੇ ਵਿੱਚ ਜਿੱਤ ਕੇ ਗਏ, ਉਸ ਵੇਲੇ ਮਾਨ ਸਾਹਿਬ ਨੇ ਜਦੋਂ ਪਿੰਡਾਂ 'ਚ ਗਰਾਂਟਾਂ ਵੰਡੀਆਂ ਤਾਂ ਲੋਕਾਂ ਨੂੰ ਪਤਾ ਲੱਗਿਆ ਸੀ ਵੀ ਐਮ ਪੀ ਕੋਲੇ ਵੀ ਕੋਈ ਫੰਡ ਹੁੰਦਾ। ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਸਾਫ਼ ਸਭੀ ਦੇ ਇਨਸਾਨ ਹੈ, ਜਿਨ੍ਹਾਂ ਤੇ ਨਿੱਜੀ ਤੌਰ ਤੇ ਉਹਨਾਂ ਤੇ ਕੋਈ ਵੀ ਅੱਜ ਤੱਕ ਭ੍ਰਿਸ਼ਟਾਚਾਰ ਦਾ, ਕਰਪਸ਼ਨ ਦਾ ਦੋਸ਼ ਨਹੀਂ ਹੈ। ਅਸੀਂ ਉਸ ਵਿਸ਼ੇ ਤੇ ਜਿਹੜਾ ਹੈ ਹਮੇਸ਼ਾ ਹੀ ਚੋਣਾਂ ਲੜੀਆਂ, ਜੋ ਸਰਕਾਰੀ ਪੈਸਾ ਹੁੰਦਾ ਉਹ ਥੱਲੇ ਤੱਕਰ ਇਕੱਲੀ ਇਕੱਲੀ ਗ੍ਰਾਂਟ, ਇਕੱਲੇ ਇਕੱਲੇ ਪਿੰਡ 'ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਨੇ ਵੰਡੀ ਹੈ। ਕਈ ਥਾਂ ਸਰਪੰਚ ਹੋਰਾਂ ਪਾਰਟੀਆਂ ਦੇ ਵੀ ਸੀ ਪਰ ਉਹਨਾਂ ਨੂੰ ਵੀ ਗ੍ਰਾਂਟ ਉਸ ਹਿਸਾਬ ਨਾਲ ਮਾਨ ਸਾਹਿਬ ਨੇ ਵੰਡੀ ਹੈ। ਪਿਛਲੀ ਜਿਹੜੀ ਇਲੈਕਸ਼ਨ ਅਸੀਂ ਜਿੱਤਿਆ ਜਿਮਣੀ ਚੋਣ ਐਮ ਪੀ ਦੀ, ਤਾਂ ਉਹਦੇ 'ਚ ਗੋਬਿੰਦ ਸਿੰਘ ਸੰਧੂ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀ, ਉਹਨਾਂ ਨੇ ਉਸ ਤੋਂ ਬਾਅਦ ਸਾਰੇ ਜ਼ਿਲ੍ਹੇ ਨੂੰ ਮੈਨੇਜ ਕੀਤਾ। ਉਹਨਾਂ ਨੇ ਬਰਨਾਲੇ ਦੇ ਵਿੱਚ ਕੀ ਇਕੱਲੇ ਇਕੱਲੇ ਪਿੰਡ ਦੇ ਵਿੱਚ ਸਾਰੇ ਵਰਕਰਾਂ ਨਾਲ, ਸੋਡੇ ਨਾਲ, ਸਾਰਿਆਂ ਨਾਲ ਰਾਬਤਾ ਰੱਖ ਕੇ ਉਹਨੇ ਜਿਹਦਾ ਵੀ ਕੋਈ ਜਿਵੇਂ ਕੰਮ ਸੀ, ਜੋ ਪਾਰਟੀ ਦੇ ਕੋਲੇ ਜਿੰਨੀ ਪਾਵਰ ਸੀ, ਉਹਨੇ ਹਰ ਇੱਕ ਦੇ, ਅਸੀਂ ਦੁੱਖ ਸੁੱਖ ਦੇ ਵਿੱਚ ਖੜੇ ਹਾਂ, ਹਰ ਥਾਂ ਅਸੀਂ ਖੜੇ ਹਾਂ। ਕੋਈ ਵੀ ਅਸੀਂ 2.5 ਸਾਲਾਂ ਦੇ ਵਿੱਚ ਇੱਕ ਵੀ ਤੁਸੀਂ ਪ੍ਰੈਸ ਖੜੇ ਹੋ, ਕੋਈ ਵੀ ਮਾਨ ਸਾਹਿਬ ਤੇ ਜਾਂ ਸਾਡੀ ਪਾਰਟੀ ਤੇ ਇਸ ਤਰ੍ਹਾਂ ਦਾ ਐਲੀਗੇਸ਼ਨ ਨਹੀਂ ਕਿ ਤੁਸੀਂ ਗ੍ਰਾਂਟ ਫਲਾਣੇ ਥਾਂ ਨਹੀਂ ਵੰਡੀ ਜਾਂ ਮਾਨ ਸਾਹਿਬ ਨੂੰ ਫਲਾਣੇ ਥਾਂ ਜਾਣਾ ਚਾਹੀਦਾ ਸੀ, ਉੱਥੇ ਨਹੀਂ ਗਏ। ਅਸੀਂ ਹਰ ਸੁੱਖ ਦੁੱਖ ਦੇ ਵਿੱਚ ਖੜੇ ਹਾਂ। ਇਸ ਕਰਕੇ ਅਸੀਂ ਅੱਜ ਇੱਥੋਂ ਜਿਹੜਾ ਹੈ ਸਾਰੀ ਬਰਨਾਲੇ ਦੀ ਜਥੇਬੰਦੀ, ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰੀਏ। ਅਸੀਂ ਚਾਹੁੰਦੇ ਹਾਂ ਕਿ ਇੱਥੋਂ ਜਿਹੜਾ ਗੋਬਿੰਦ ਸਿੰਘ ਸੰਧੂ ਆ ਉਹ ਚੋਣ ਲੜਨ। ਅਸੀਂ ਉਹਨਾਂ ਨੂੰ ਇੱਥੋਂ ਜਿਹੜਾ ਹੈ ਅੱਜ ਉਹਨਾਂ ਨਾਲ ਅਪੀਲ ਕਰਦੇ ਹਾਂ। ਅਸੀਂ ਉਹਨਾਂ ਨੂੰ ਕਿਹਾ ਵੀ ਉਹ ਖੜੇ ਹੋਣ, ਪਾਰਟੀ ਵੱਲੋਂ ਉਹਨਾਂ ਨੂੰ ਅਸੀਂ ਜਿਹੜਾ ਹੈ ਅਧਿਕਾਰ ਦਿੰਦੇ ਹਾਂ ਤੇ ਉੱਥੋਂ ਚੋਣ ਲੜਨ। ਇੱਥੋਂ ਸਾਡਾ ਸਭ ਤੋਂ ਵੱਡਾ ਮੁੱਦਾ ਵਿਕਾਸ, ਫਿਰ ਜਿਹੜਾ ਅਸਲ ਗੱਲ ਹੈ ਅੱਜ ਪੰਜਾਬ ਦੇ ਵਿੱਚ ਜਿਹੜਾ ਫਰੌਤੀਆਂ ਦਾ, ਗੈਂਗਸਟਰਾਂ ਦਾ ਸਭ ਤੋਂ ਵੱਡਾ ਬੋਲਬਾਲਾ ਹੈ। ਅਸੀਂ ਵਪਾਰੀ ਵਰਗ ਨੂੰ ਇੱਥੋਂ ਦੇ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਜੇਕਰ ਇੱਥੋਂ ਸਾਡੀ ਪਾਰਟੀ ਜਿੱਤਦੀ ਹੈ ਤਾਂ ਅਸੀਂ ਇਸ ਮੁੱਦੇ ਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਚਟਾਨ ਵਾਂਗ ਖੜਾਂਗੇ। ਤੁਹਾਡੀ ਅਸੀਂ ਜਿਹੜੀ ਰੱਖਿਆ ਕਰਨੀ ਹੈ, ਜਦੋਂ ਅਸੀਂ ਖੜੇ ਹਾਂ ਤੇ ਅਸੀਂ ਖੜਾਂਗੇ ਤੁਹਾਡੇ ਨਾਲ, ਕਿ ਤੁਹਾਡੇ ਨਾਲ ਕਿਤੇ ਵੀ ਕਿਸੇ ਵਪਾਰੀ ਨਾਲ, ਕਿਸੇ ਸਾਡੇ ਵੀਰ ਨਾਲ, ਹਿੰਦੂ ਵੀਰ ਨਾਲ ਕਿਸੇ ਵੀ ਕਿਤੇ ਧੱਕਾ ਨਹੀਂ ਹੋਊਗਾ। ਇਹ ਅਸੀਂ ਇਸ ਮੁੱਦੇ ਤੇ ਜਿਹੜੀਆਂ ਹੈਗਾ, ਫਿਰ ਅੱਜ ਅਸੀਂ ਇਸ ਤੋਂ ਬਿਨਾਂ ਜਿਹੜੇ ਸਾਰੇ ਵਿੰਗਾਂ ਦਾ, ਮੈਂ ਪਾਰਟੀ ਵੱਲੋਂ ਐਜ਼ ਏ ਸਪੋਕਸਮੈਨ ਸਾਰੇ ਪਾਰਟੀ ਦਾ ਇੰਚਾਰਜ ਹੈ ਤੇ ਅੱਜ ਅਸੀਂ ਪਾਰਟੀ ਦੇ ਇੱਥੋਂ ਸਪੋਕਸਮੈਨ ਨਿਯੁਕਤ ਕਰਨੇ ਆ। ਸਾਡਾ ਮਕਸਦ ਕੀ ਹੈ, ਜਿਸ ਤਰ੍ਹਾਂ ਤੁਹਾਡੇ ਸਵਾਲ ਹੈ, ਅਸੀਂ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਵਾਲ ਜਵਾਬ ਆਉਂਦੇ ਆ ਲੋਕਾਂ ਤਾਂ ਅਸੀਂ ਆਪਦੀ ਗੱਲ ਕਲੀਅਰ ਕਰਨ 'ਚ, ਮਤਲਬ ਸਾਥੋਂ ਨਹੀਂ ਤੁਹਾਡੇ ਤਾਂ ਪਹੁੰਚ ਕੀਤੀ ਜਾਂਦੀ। ਇਸ ਕਰਕੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ, ਹਰ ਹਲਕੇ ਦੇ ਵਿੱਚ ਇੱਕ ਸਪੋਕਸਮੈਨ ਨਿਯੁਕਤ ਕੀਤਾ ਹੈ। ਉਹਨਾਂ ਨੂੰ ਅੱਜ ਇੱਥੋਂ ਅਸੀਂ ਨਿਯੁਕਤੀ ਪੱਤਰ ਦੇਣੇ ਆ ਕਿ ਉਹ ਸਪੋਕਸਮੈਨ ਤੁਹਾਡੇ ਤੱਕ ਕਿ ਹਰ ਗੱਲ ਦਾ, ਤੁਹਾਡੀ ਦਾ, ਸਾਡੇ ਕੋਲੇ ਤੁਹਾਡਾ ਕੁਐਸਚਨ ਆਵੇ ਸਾਡੇ ਕੋਲੇ ਤੇ ਅਸੀਂ ਉਹਦਾ ਜਵਾਬ ਜਿਹੜਾ ਹਰ ਗੱਲ ਦਾ ਤੁਹਾਡੀ ਦਾ ਦੇ ਸਕੀਏ। ਜਿਹੜਾ ਵੀ ਜਵਾਬ ਹੋਊਗਾ ਉਹ ਲਿਖਤੀ ਵੀ ਹੋਊਗਾ ਤੇ ਸਾਡਾ ਜਵਾਬ, ਮਾਨ ਸਾਹਿਬ ਨੇ ਇੱਥੇ ਜੋ ਕੁਛ ਕਿਹਾ ਅਸੀਂ ਸਾਫ਼ ਕਹਾਂਗੇ, ਅਸੀਂ ਕੋਈ ਵੀ ਝੂਠ ਨਹੀਂ ਬੋਲਾਂਗੇ ਕਿਸੇ ਵੀ ਗੱਲ ਤੇ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਛ ਹੋਇਆ, ਜਿਹੜੀਆਂ ਅੱਜ ਤੱਕ 40 ਸਾਲ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਪਾਰਟੀ ਨੇ ਜਿਹੜਾ ਪੰਜਾਬ ਦੀ ਖਾਤਰ, ਇਕੱਲੀ ਇਕੱਲੀ ਗੱਲ ਦੀ ਖਾਤਰ ਅਸੀਂ ਪੰਜਾਬ ਦੀ ਖਾਤਰ ਲੜੇ ਹੈ। ਪੰਜਾਬ ਦੇ ਨਾਲ ਜੋ ਸੈਂਟਰ ਨੇ,
ਪੰਜਾਬ ਦੇ ਨਾਲ ਪੰਜਾਬ ਦੀਆਂ ਸਰਕਾਰਾਂ ਨੇ ਜਿਹੜੇ ਸਾਡੇ ਨਾਲ ਧੱਕੇ ਕੀਤੇ ਆ ਉਹ ਅਸੀਂ ਆਪਦੇ ਸਪੋਕਸਮੈਨ ਸਾਡੇ ਸਮੇਂ ਸਮੇਂ ਤੇ ਤੁਹਾਨੂੰ ਸੰਬੋਧਨ ਕਰਕੇ ਹਰ ਗੱਲ ਤੇ ਅਸੀਂ ਚੇਤਨ ਕਰਾਂਗੇ। ਤੇ ਮੈਂ ਹੁਣ ਨਵਦੀਪ ਕੁਮਾਰ ਗੋਪੀ ਜੀ ਨੂੰ ਜੋ ਸਾਡੇ ਵਪਾਰ ਸੈੱਲ ਦੇ ਹੈਗੇ ਪ੍ਰਧਾਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ। ਬਹੁਤ ਗਿਣਤੀ ਵਪਾਰੀ ਭਾਈਚਾਰੇ ਦੀ ਆ, ਤੁਹਾਡੀ ਪਾਰਟੀ ਵਪਾਰੀ ਭਾਈਚਾਰੇ ਲਈ ਕੀ ਕਰੇਗੀ? ਦੇਖੋ ਜੀ, ਪਾਰਟੀ ਨੇ ਪੰਜਾਬ ਦੇ ਲਈ ਆਪਣੀ ਸੋਚ ਇਸ ਤਰ੍ਹਾਂ ਦੀ ਰੱਖੀ ਹੈ ਕਿ ਹੁਣ ਪਾਰਟੀ ਨੇ ਅਲੱਗ ਅਲੱਗ ਵਿੰਗਸ ਬਣਾਤੇ, ਕਿਉਂਕਿ ਪੰਜਾਬ ਦੀ ਜਿਹੜੀ ਪਾਰਟੀ ਹੈ ਉਹ ਇੱਕੋ ਇੱਕ ਰੀਜਨਲ ਪਾਰਟੀ ਹੈ ਜਿਹੜੀ ਕਿ ਆਪਣੇ ਸਟੈਂਡ ਤੋਂ ਨਾ ਅੱਜ ਤੱਕ ਥਿਰਕੀ ਹੈ ਤੇ ਨਾ ਕਿਸੇ ਗੱਲ ਤੋਂ ਅੱਜ ਤੱਕ ਉਹਨਾਂ ਨੇ ਬੈਕਆਊਟ ਕੀਤਾ ਹੈਗਾ। ਤੇ ਤੁਸੀਂ ਅੱਜ ਗੌਰ ਕਰੋ ਕਿ ਅੱਜ ਪਾਰਟੀ ਨੇ ਆਪਣਾ ਟਰਾਂਸਪੋਰਟ ਵਿੰਗ, ਸਪੋਕਸਮੈਨ ਤੇ ਮਾਈ ਭਾਗੋ ਦੇ ਵਾਰਸ ਇਸਤਰੀ ਵਿੰਗ, ਇਹ ਸਾਰੇ ਵਿੰਗਸ ਜਿਹੜੇ ਹੈਗੇ ਆ ਇਹ ਨਿਯੁਕਤੀਆਂ ਇੱਥੇ ਵੱਡੇ ਲੈਵਲ ਤੇ ਕੀਤੀਆਂ ਤੇ ਵੱਡੇ ਲੈਵਲ ਤੇ ਲੋਕ ਸਾਡੇ ਦੇ ਵਿੱਚ ਆ ਰਹੇ ਹੈਗੇ ਆ। ਤੁਸੀਂ ਗੌਰ ਕਰੋ ਕਿ ਜਿਹੜਾ ਪਹਿਲਾਂ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਗਾ ਸੀ, ਉਹਨਾਂ ਨੇ ਵਜਰ ਗੁਨਾਹ ਕੀਤੇ ਸੀ, ਉਹਨਾਂ ਨੇ ਇੰਨੇ ਵਜਰ ਗੁਨਾਹ ਕੀਤੇ ਕਿ ਅੱਜ ਲੋਕਾਂ ਨੇ ਉਹਨਾਂ ਨੂੰ ਬੁਲਾਉਣਾ ਤੇ ਮੂੰਹ ਲਾਉਣਾ ਬੰਦ ਕਰਤਾ। ਤੁਸੀਂ ਦੇਖੋ ਇੱਕ ਬਾਦਲ ਸਾਹਿਬ ਦੇ ਜਿਹੜੇ ਹੈਗੇ ਆ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਪੰਥ ਰਤਨ ਮਿਲਿਆ ਹੋਵੇ ਤੇ ਮੁੰਡਾ ਉਹਨਾਂ ਦਾ ਤਨਖਾਹੀਆ ਕਰਾਰ ਦਿੱਤਾ ਹੋਵੇ, ਤੁਸੀਂ ਇਹ ਦੇਖੋ। ਫਿਰ ਸਾਡੀ ਪਾਰਟੀ ਇਹ ਮੰਗ ਕਰੇਗੀ ਇਹ ਪੂਰੀ ਤਰ੍ਹਾਂ ਤੇ ਕਿ ਜਿਹੜਾ ਇਹਨਾਂ ਨੂੰ ਪੰਥ ਰਤਨ ਵੀ ਦਿੱਤਾ ਹੋਇਆ। ਮੈਂ ਤੇ ਵੈਸੇ ਕਦੀ ਵੀ ਆਪਣੇ ਵੱਡੇ ਭਰਾਵਾਂ ਦੇ ਮਸਲਿਆਂ ਦੇ ਵਿੱਚ ਬੋਲਦਾ ਨਹੀਂ ਗਾ, ਪਰ ਗੱਲ ਇੱਦਾਂ ਹੈਗੀ ਆ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮੁੱਖ ਧਾਰਾ ਦੀ ਜਿਹੜੀ ਸੋਚ ਹੈਗੀ ਆ ਮੈਂ ਉਹਦਾ ਇੱਕ ਹਿੱਸਾ ਤੇ ਉਸ ਲਈ ਮੈਂ ਇਸ ਵਿਸ਼ੇ ਤੇ ਗੱਲ ਕਰਦਾ, ਅਦਰਵਾਈਜ਼ ਮੈਂ ਕਦੀ ਵੀ ਸਿੱਖਾਂ ਦੇ ਮਸਲੇ ਦੇ ਵਿੱਚ ਇੰਟਰਫੇਅਰ ਨਹੀਂ ਕੀਤੀ। ਪਰ ਮੈਂ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸੋਚ ਦਾ ਹਿੱਸਾ ਹੈਗਾ ਤੇ ਜਿਨ੍ਹਾਂ ਨੇ ਪੰਥ ਦੇ ਲਈ ਹਮੇਸ਼ਾ ਕੁਰਬਾਨੀ ਦਿੱਤੀ ਆਪਣਾ ਸਟੈਂਡ ਹੈਗਾ ਸੀ, ਤੇ ਜੇਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਜੋ ਕੁਤਾਈਆਂ ਤੇ ਜੋ ਬਜਰ ਗੁਨਾਹ ਕੀਤੇ ਆ ਤੇ ਉਹਨਾਂ ਤੋਂ ਵੀ ਜਿਹੜੇ ਹੈਗੇ ਆ ਉਹਨਾਂ ਦੇ ਬੇਟੇ ਨੂੰ ਕਿਹਾ ਜਾਵੇ ਕਿ ਪੰਥ ਰਤਨ ਉਹਨਾਂ ਤੋਂ ਵਾਪਸ ਲਿੱਤਾ ਜਾਵੇ। ਉਹਦੇ ਨਾਲ ਨਾਲ ਹੀ ਵਪਾਰ ਇੱਕ ਪੰਜਾਬ ਦੀ ਰੇਡ ਦੀ ਹੱਡੀ ਹੈਗੀ ਆ, ਵਪਾਰ ਦੇ ਲਈ ਅਲੱਗ ਅਲੱਗ ਪਾਲਿਸੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਲੈ ਕੇ ਆਏ ਆ। ਜਿਵੇਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਲੁਧਿਆਣਾ ਵਰਗਾ ਵੱਡਾ ਸ਼ਹਿਰ ਹੈਗਾ ਉਹਦੇ ਲਈ ਪਾਲਿਸੀ ਅਲੱਗ ਹੈ, ਬਰਨਾਲੇ ਦੇ ਲਈ ਪਾਲਿਸੀ ਅਲੱਗ ਹੈਗੀ ਹੈ, ਪਾਤੜਾਂ ਲਈ ਪਾਲਿਸੀ ਅਲੱਗ ਹੈਗੀ ਹੈ, ਕਿ ਸਾਰੇ ਸ਼ਹਿਰ ਜਿਹੜੇ ਵਪਾਰ ਪੰਜਾਬ ਚੋਂ ਖਤਮ ਹੋ ਚੁੱਕਾ, ਕਿਸਾਨੀ ਪੰਜਾਬ ਚੋਂ ਖਤਮ ਹੋ ਚੁੱਕੀ ਹੈ, ਟਰਾਂਸਪੋਰਟ ਪੰਜਾਬ ਚੋਂ ਖਤਮ ਹੋ ਚੁੱਕੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰ ਤੋਂ ਸੁਰਜੀਤ ਕਰਨ ਲਈ ਸਰਦਾਰ ਮਾਨ ਨੇ ਪਹਿਲ ਕੀਤੀ ਹੈ ਕਿ ਅਲੱਗ ਅਲੱਗ ਵਿੰਗਸ ਬਣਾ ਕੇ ਇਹਦੇ ਵਿੱਚ ਅਲੱਗ ਅਲੱਗ ਤੌਰ ਤੇ ਨਿਯੁਕਤੀਆਂ ਕੀਤੀਆਂ ਤੇ ਸਾਰੇ ਟ੍ਰੇਡ ਵਿੰਗਾਂ ਨੂੰ ਸੂਚਿਤ ਕੀਤਾ ਹੈਗਾ ਕਿ ਜਿੰਨੇ ਵੀ ਵਪਾਰੀ ਭਾਈਚਾਰੇ ਦੇ ਲੋਕ ਹੈਗੇ ਆ ਕਿ ਜਿਹੜਾ ਵੀ ਬੰਦਾ ਪਾਣੀ ਨੂੰ ਗੰਦਲਾ ਕਰੂਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਉਹ ਹਿੱਸਾ ਨਹੀਂ ਹੋਏਗਾ। ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਆ ਕਿ ਸਾਡੇ ਜਿਹੜੇ ਗੁਰੂ ਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਪਾਣੀ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕ 1420 ਦੇ ਵਿੱਚ ਦਰਜ ਹੈਗਾ, ਜਲ ਤੇ ਹੀ ਸਭ ਉਪਜੇ ਹੈ, ਬਿਨ ਜਲ ਪਿਆਸ ਨਾ ਜਾਏ। ਤੇ ਤੁਹਾਨੂੰ ਪਤਾ ਹੋਣਾ ਕਿ ਜਲ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਸਰਦਾਰ ਮਾਨ ਨੇ ਕਿਹਾ ਕਿ ਜਿਹੜਾ ਪਾਣੀ ਨੂੰ ਗੰਦਲਾ ਕਰੂਗਾ, ਹੁਣ ਜਿਵੇਂ ਬੁੱਢਾ ਨਾਲਾ ਅੱਜ ਜਿਹਨੂੰ ਕਿਹਾ ਜਾਂਦਾ, ਅੱਜ ਤੱਕ ਦੀ ਪਾਰਟੀਆਂ ਦੀ ਤੁਸੀਂ ਇਹ ਲਾ ਲਓ ਕਿ ਉਹਨਾਂ ਦੀ ਉਪਲਬਧੀਆਂ ਇਹ ਰਹੀਆਂ ਕਿ ਉਹਨਾਂ ਨੇ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦੇ ਵਿੱਚ ਪਰਿਵਰਤਿਤ ਕਰਤਾ। ਅੱਜ ਤੁਹਾਡੇ ਬਰਨਾਲੇ ਦੇ ਵਿੱਚ ਟ੍ਰਾਈਡੈਂਟ ਟਾਵਲ ਵਾਲੇ ਇੱਥੇ ਬੈਠੇ ਹੋਏ ਆ। ਕਿਆ ਤੁਸੀਂ ਮੈਨੂੰ ਦੱਸੋ ਕਿ ਰਜਿੰਦਰ ਗੁਪਤਾ ਜੀ ਬੈਠੇ ਹੋਏ ਆ ਕਿ ਉਹਨਾਂ ਨੇ ਫੈਕਟਰੀ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਹੈ, ਕਦੀ ਗੌਰ ਕੀਤਾ ਕਿ ਉਹਨਾਂ ਨੇ ਪਾਣੀ ਨੂੰ ਰੀਸਾਈਕਲਿੰਗ ਕਰਨ ਵਾਸਤੇ ਜਾਂ ਪਾਣੀ ਨੂੰ ਸਾਫ਼ ਕਰਨ ਵਾਸਤੇ ਬਰਨਾਲੇ ਵਾਸਤੇ ਕੀ ਕੀਤਾ? ਅੱਜ ਉਹ ਜਵਾਬ ਦੇਣ ਬਰਨਾਲੇ ਦੇ ਲੋਕਾਂ ਨੂੰ, ਬਰਨਾਲੇ ਦੇ ਲੋਕ ਕੀ ਪੰਜਾਬ ਦੇ ਸਾਰੇ ਲੋਕ ਕੈਂਸਰ ਪੀੜਿਤ ਹੋ ਚੁੱਕੇ ਆ, ਗੈਸਟਰੋ ਪੀੜਿਤ ਹੋ ਚੁੱਕੇ ਆ, ਇੱਧਰ ਨੂੰ ਕਿਸੇ ਦਾ ਧਿਆਨ ਨਹੀਂ ਜਾਂਦਾ ਪਿਆ।
ਅੱਜ ਅਸੀਂ ਸਿਰਫ ਇਹ ਸੋਚਦੇ ਪਏ ਹਾਂ ਕਿ ਹਾਂਜੀ ਅਸੀਂ ਕਾਰੋਬਾਰ ਲਾਣੇ ਆ। ਉਹਨਾਂ ਨੂੰ ਬਰਨਾਲੇ ਦੀ ਰੀੜ ਦੀ ਹੱਡੀ ਕਿਹਾ ਜਾਂਦਾ, ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਉਹ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਮੁੱਖ ਤੌਰ ਤੇ ਚੇਅਰਮੈਨੀ ਦਿੱਤੀ ਜਾਂਦੀ ਆ। ਕਿਆ ਤੁਸੀਂ ਦੱਸੋ, ਕਿਆ ਹੋਰ ਕੋਈ ਕਾਰੋਬਾਰੀ ਨਹੀਂ ਹੈਗਾ ਬਰਨਾਲੇ ਦੇ ਵਿੱਚ? ਕਿਆ ਕਿਸੇ ਹੋਰ ਕਾਰੋਬਾਰੀ ਦੇ ਪੁੱਤਰ ਨੂੰ ਮੌਕਾ ਨਹੀਂ ਮਿਲੂਗਾ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਸਾਰਾ ਹੀ ਕੰਮ ਇੱਕ ਅਲੱਗ ਤੋਂ ਕੀਤਾ ਕਿ ਕਿਸੇ ਵੀ ਪੁਰਾਣੇ ਜਿਹੜੇ ਲੀਡਰ ਹੈਗੇ ਆ ਉਹਨਾਂ ਦਾ ਪੁੱਤ ਮੁੱਖ ਅਹੁਦਿਆਂ ਤੇ ਵਿਰਾਜਮਾਨ ਨਹੀਂ ਹੋਏਗਾ। ਕਿਸੇ ਕਾਰੋਬਾਰੀ ਜਿਹੜੇ ਹੈਗੇ ਆ ਨਵੇਂ ਕਾਰੋਬਾਰ ਨੂੰ ਸਿਰਜਿਤ ਕਰਨ ਲਈ ਉਹਨਾਂ ਨੇ ਸਾਰੇ ਕਾਰੋਬਾਰੀਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਬੰਦਾ ਸੇਲ ਟੈਕਸ ਵਾਲਾ, ਇਨਕਮ ਟੈਕਸ, ਕੋਈ ਵੀ ਤੁਹਾਨੂੰ ਮਹਿਕਮਾ ਤੰਗ ਕਰਦਾ ਬੇਵਜ੍ਹਾ ਤੋਂ, ਤੁਹਾਡੇ ਕੋਲੇ ਕੋਈ ਵੀ ਬੰਦਾ ਮੰਥਲੀ ਮੰਗਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਕੇਲ ਕੱਸਣਗੇ। ਰਹੀ ਹਿੰਦੂ ਸਿੱਖ ਮੁੱਦੇ ਦੀ ਗੱਲ, ਮੇਰੇ ਪ੍ਰੈਸ ਵੀਰ ਉੱਥੋਂ ਚਲੇ ਗਏ, ਕਿਹਾ ਅੱਜ ਤੱਕ ਉਹਨਾਂ ਨੇ ਕਿਹਾ ਸੀ ਕਿ ਸਰਦਾਰ ਮਾਨ ਹਿੰਦੂ ਤਵ ਦੀ ਉਲਟ ਬੋਲਦੇ ਆ। ਸਰਦਾਰ ਮਾਨ ਜਿਹੜੀ ਬੀਜੇਪੀ ਦੀ ਮਤਸਵੀ ਸੋਚ ਵਾਲੇ ਲੋਕ ਹੈਗੇ ਆ, ਆਰ ਐਸ ਐਸ ਦੀ ਸੋਚ ਵਾਲੇ, ਉਹਨਾਂ ਦੇ ਵਿਰੁੱਧ ਗੱਲ ਕਰਦੇ ਆ। ਕਿਹਾ ਤੁਹਾਡੇ ਵਿੱਚੋਂ ਕਦੀ ਕਿਸੇ ਨੇ, ਪੱਤਰਕਾਰ ਭਰਾ ਜਿਹੜੇ ਹੈਗੇ ਆ, ਲੋਕਤੰਤਰ ਦਾ ਚੌਥਾ ਥੰਬ ਹੈਗਾ, ਅੱਜ ਤੱਕ ਬਗੇਸ਼ਵਰ ਧਾਮ ਤੋਂ ਜਿਹੜੇ ਉੱਥੇ ਬੈਠੇ ਪੁਜਾਰੀ, ਤੁਸੀਂ ਦੱਸੋ ਉਹਨਾਂ ਨੇ ਜਦੋਂ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ, ਕਿਆ ਕਿਸੇ ਵੀ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਆ ਜਿਹੜਾ ਢਾਂਚਾ ਹੈਗਾ ਦੇਸ਼ ਦਾ, ਇਹ ਸੰਘੀ ਢਾਂਚਾ ਮੁਲਕ ਹੈਗਾ, ਸੰਘੀ ਢਾਂਚੇ ਦੇ ਵਿੱਚ ਹਰ ਇੱਕ ਬੰਦੇ ਨੂੰ ਇੱਥੇ ਰਹਿਣ ਦੀ ਆਜ਼ਾਦੀ ਹੈਗੀ ਹੈ, ਤੇ ਫਿਰ ਕਿਉਂ ਹਿੰਦੂ ਰਾਸ਼ਟਰ ਦੀ ਗੱਲ ਕਿਉਂ? ਕਿਆ ਦੂਜੀਆਂ ਕੌਮਾਂ ਨੂੰ ਨੀਵੀਂ ਦਿਖਾਉਣ ਦੀ ਗੱਲ ਕੀਤੀ ਜਾਂਦੀ ਹੈ? ਉਦੋਂ ਕਿੱਥੇ ਗਏ ਸੀ ਸਾਰੇ ਲੋਕ? ਕਿਸੇ ਨੇ ਉਸ ਗੱਲ ਨੂੰ ਕਿਹਾ? ਕਿਆ ਕਿਸੇ ਨੇ ਉਸ ਗੱਲ ਨੂੰ ਦਰਿੰਦਰ ਸ਼ਾਸਤਰੀ ਨੇ ਜਦੋਂ ਕਿਹਾ ਕਿ ਉਹ ਤਾਂ ਐਨਐਸਏ ਲੱਗਿਆ, ਹੁਣ ਗੱਲ ਕੀਤੀ ਜਾਵੇ ਕਿ ਸਰਦਾਰ ਮਾਨ ਦੀ? ਅੱਜ ਪ੍ਰੈਸ ਨੇ ਗੱਲ ਜੇਕਰ ਛੇੜ ਹੀ ਦਿੱਤੀ ਹੈ ਕਿ ਖਾਲਿਸਤਾਨ ਦੇ ਮੁੱਦੇ ਤੇ ਗੱਲ ਕੀਤੀ ਹੈ, ਤੇ ਕਿਆ ਤੁਸੀਂ ਮੈਨੂੰ ਦੱਸੋ ਕਿ ਜਦੋਂ ਇੱਕ ਸਜ਼ਾ ਤੁਸੀਂ ਪੂਰੀ ਕਰ ਚੁੱਕੇ ਹੋ, ਉਸ ਸਜ਼ਾ ਨੂੰ ਪੂਰੀ ਕਰਨ ਤੋਂ ਬਾਅਦ ਕੀ ਪ੍ਰਾਵਧਾਨ ਹੈ ਤੁਹਾਡੇ ਕੋਲ? ਜੇਲ੍ਹ ਤੋਂ ਬਾਹਰ ਆਉਣ ਦਾ ਕਿ ਜੇਲ੍ਹ ਤੋਂ ਅੰਦਰ ਰਹਿਣ ਦਾ? ਇੱਕ ਟ੍ਰੇਨ ਜਿੰਨੀ ਇਸ ਪੰਜਾਬ ਦੇ ਉੱਤੇ ਪੂਰੇ ਰਾਜਪਾਲ ਹੰਡਾਇਆ ਹੋਵੇ, ਤੇ ਅੱਜ ਉਹਨਾਂ ਦੀ ਕੌਮ ਦੇ ਵਾਰਸ ਆਪਣੇ ਖਿੱਤੇ ਚ ਆਨੰਦ ਮਾਣਨ ਦੀ ਤਰਸ ਰਹੇ ਆ, ਤੇ ਜਿਹੜੇ ਦੋ ਟਾਈਮ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ, ਤੇ ਸਾਡੀ ਜਿਨ੍ਹਾਂ ਨੇ ਰੱਖਿਆ ਕੀਤੀ ਹੋਵੇ, ਤੇ ਕਿਹਾ ਅੱਜ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈਗਾ, ਤੇ ਜੇਕਰ ਕਿਸੇ ਨੇ ਵੀ ਗੱਲ ਕਰਨੀ ਹੈ ਇਸ ਮੁੱਦੇ ਦੇ ਉੱਤੇ, ਮੈਂ ਉਹਨਾਂ ਦਾ ਬਹੁਤ ਬੇਬਾਕੀ ਦੇ ਨਾਲ ਜਵਾਬ ਦਊਂਗਾ ਕਿ ਮੈਂ ਇਸ ਤੋਂ ਇਲਾਵਾ ਵੀ, ਮੈਂ ਹਲੇ ਪ੍ਰੈਸ ਨੂੰ ਇਸ ਮੁੱਦੇ ਦੇ ਉੱਤੇ ਜ਼ਿਆਦਾ ਗੱਲ ਤਾਂ ਨਹੀਂ ਕਰਨਾ ਚਾਹੁੰਦਾ, ਕਿਉਂਕਿ ਅਸੀਂ ਅੱਜ ਬਰਨਾਲੇ ਦੇ ਵਿੱਚ ਅੱਜ ਨਿਯੁਕਤੀਆਂ ਕਰਨ ਆਏ ਸੀ। ਸਾਡੇ ਅੱਜ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਮਾਈ ਭਾਗੋ ਦੇ ਵਾਸ, ਇਸਤਰੀ ਵਿੰਗ ਦੇ ਪ੍ਰਧਾਨ, ਸਪੋਕਸਮੈਨਾਂ ਦੇ ਇੰਚਾਰਜ, ਮੀਡੀਆ ਦੇ ਇੰਚਾਰਜ, ਕਿਸਾਨ ਵਿੰਗ ਦੇ ਇੰਚਾਰਜ, ਸਾਰੇ ਇੰਚਾਰਜ ਬੈਠੇ ਆ। ਦਰਅਸਲ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇੱਕ ਰੀਜਨਲ ਪਾਰਟੀ ਬਣ ਕੇ ਉਭਰੇ, ਇੱਕ ਖੇਤਰੀ ਪਾਰਟੀ ਬਣ ਕੇ ਉਭਰੇ। ਉਹ ਤਾਂ ਸਰਦਾਰ ਮਾਨ ਦਾ ਅਕਸ ਖਰਾਬ ਕਰਦੇ ਹੈਗੇ ਆ। ਸਰਦਾਰ ਮਾਨ ਦਾ ਅਕਸ ਕਦੀ ਏਦਾਂ ਨਹੀਂ ਖਰਾਬ ਹੋ ਸਕਦਾ। ਆਈਪੀਐਸ ਦੀ ਨੌਕਰੀ ਨੂੰ ਲੱਤ ਮਾਰਨਾ, ਸੀਐਮ ਨੂੰ ਛੱਡਣਾ, ਸੀਐਮ ਦੇ ਅਹੁਦੇ ਨੂੰ ਛੱਡਣਾ ਜਦੋਂ ਬੀਪੀ ਸਿੰਘ ਦੀ ਸਰਕਾਰ ਹੈਗੀ ਸੀ, ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸੀ ਜਦੋਂ ਸਾਡੇ ਬੰਦੀ ਸਿੰਘ ਰਿਹਾ, ਤੇ ਜਦੋਂ ਧਰਿੰਦਰ ਸ਼ਾਸਤਰੀ ਗੱਲ ਕਰਦਾ ਹਿੰਦੂ ਰਾਸ਼ਟਰ ਦੀ, ਕਿਆ ਉਦੋਂ ਐਨਐਸਏ ਕਿੱਥੇ ਲੱਗਦਾ? ਕਦੀ ਕਿਸੇ ਨੇ ਸੋਚਿਆ? ਅੱਜ ਸਾਡੇ ਬੰਦੇ ਐਮਪੀ ਜਿੱਤ ਵੀ ਚੁੱਕੇ ਆ, ਉਹਨਾਂ ਕੋਲ ਲੋਕਤੰਤਰ ਦਾ ਫਤਵਾ, ਫਿਰ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ? ਫਿਰ ਮੰਗਣਗੇ ਲੋਕ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੈ ਨੌ ਰਤਨ ਬੈਠੇ ਹੋਏ ਆ, ਨੌ ਰਤਨ, ਜਿਹਦੇ ਵਿੱਚ ਜਿਵੇਂ ਹੀਰਾ ਕਿਹਾ ਜਾਂਦਾ, ਪੰਨਾ ਕਿਹਾ ਜਾਂਦਾ, ਮੋਤੀ ਕਿਹਾ ਜਾਂਦਾ, ਇਹ ਹਰ ਇੱਕ ਸਪੈਸ਼ਲਿਸਟ ਹੈਗੇ ਆ ਆਪਦੇ ਆਪਦੇ ਮਹਿਕਮਿਆਂ ਦੇ, ਤੇ ਅੱਜ ਇਹਨਾਂ ਨੇ ਪੰਜਾਬ ਲੈਵਲ ਦੇ ਉੱਤੇ ਅੱਜ ਇਹਨਾਂ ਨੇ ਨਿਯੁਕਤੀਆਂ ਕੀਤੀਆਂ, ਤੇ ਪੰਜਾਬ ਦੇ ਵਿੱਚ ਹੁਣ ਆ ਜਾਏਗਾ, ਤੁਸੀਂ ਦੇਖਿਓ ਨਿਯੁਕਤੀਆਂ ਦਾ, ਤੇ ਲੋਕਾਂ ਨੂੰ ਪਤਾ ਲੱਗ ਜਾਏਗਾ। ਮੇਰੀ ਸਾਰੇ ਪ੍ਰੈਸ ਵੀਰਾਂ ਨੂੰ ਬੇਨਤੀ ਹੈਗੀ ਹੈ
ਕਿ ਤੁਸੀਂ ਮੇਰੇ ਇਹ ਵਿਚਾਰ ਜ਼ਰੂਰ ਜਨਤਾ ਤੱਕ ਸਾਂਝੇ ਕਰਿਓ। ਅੱਜ ਵਪਾਰ ਵਿੰਗ ਨੇ ਨਿਯੁਕਤੀਆਂ ਕੀ ਕੀਤੀਆਂ, ਸਾਡੇ ਇੱਥੇ ਉਮੰਗ ਬਾਂਸਲ ਜੀ ਗਿਆ, ਉੱਤਮ ਬਾਂਸਲ ਜੀ, ਇਹਨਾਂ ਨੂੰ ਪੰਜਾਬ ਦਾ ਜਨਰਲ ਸਕੱਤਰ ਲਾਇਆ ਗਿਆ। ਮੇਰੇ ਨਾਲ ਪੰਜਾਬ ਦੇ ਵਾਈਸ ਪ੍ਰਧਾਨ ਅਮਿਤ ਅਰੋੜਾ ਜੀ ਵੀ ਬੈਠੇ ਹੋਏ ਆ, ਪੰਜਾਬ ਦੇ ਸਕੱਤਰ ਸਾਹਿਲ ਜੀ ਵੀ ਬੈਠੇ ਹੋਏ ਆ। ਸਾਡੀ ਪਾਰਟੀ ਨੇ ਕਦੀ ਵੀ ਇਹ ਸੋਚਿਆ ਨਹੀਂ, ਮੈਂ ਤੁਹਾਨੂੰ ਇੱਕ ਗੱਲ ਖਤਮ ਕਰਨ ਲੱਗਾ, ਸਾਡੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਵਿੱਚ ਜਦੋਂ ਸ਼ੁਰੂ ਕਰਦੇ ਆ, ਜਦੋਂ ਅਸੀਂ ਵਿਚਾਰ ਵਟਾਂਦਰਾ ਕਰਨਾ ਸ਼ੁਰੂ ਕਰਦੇ, ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਮੂਲ ਮੰਤਰ ਦਾ ਜਾਪ ਕਰਦੇ ਆ ਤੇ ਨਾਲ ਕਹਿੰਦੇ ਆ ਕਿ ਸਾਡੇ ਵਿੱਚ ਸਾਡਾ ਹਿੰਦੂ ਵੀਰ ਬੈਠਾ ਆ, ਨਵਨੀਤ ਗੋਪੀ ਬੈਠਾ ਆ, ਤੇ ਉਹ ਆਪਣੇ ਈਸ਼ਟ ਨੂੰ ਯਾਦ ਕਰੇ, ਉਹਨਾਂ ਦਾ ਜਾਪ ਕਰੇ। ਤੇ ਉਹਨਾਂ ਨੇ ਤੇ ਮੈਨੂੰ ਕੋਈ ਵਿਤਕਰਾ ਕਦੀ ਕਿਸੇ ਨਾਲ ਕਰਨ, ਸਗੋਂ ਮੈਂ ਤੇ ਇੱਥੇ ਆ ਕੇ ਮਰਿਆਦਾ ਸਿੱਖੀ, ਇੱਕ ਇੱਕ ਸਿੱਖਿਆ ਕਿ ਕਿੱਦਾਂ ਆਪਣੇ ਧਰਮ ਲਈ ਖੜੀਦਾ। ਸੋ ਮੇਰੀ ਬੇਨਤੀ ਹੈਗੀ ਆ ਕਿ ਅੱਜ ਪਾਰਟੀ ਦਾ ਬੜਾ ਭਾਗਾਂ ਵਾਲਾ ਦਿਨ ਹੈਗਾ, ਅੱਜ ਦੇ ਦਿਨ ਅਸੀਂ ਬੜੀ ਵੱਡੀ ਨਿਯੁਕਤੀਆਂ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਸਪੋਕਸਮੈਨਾਂ ਦੀ ਨਿਯੁਕਤੀ, ਇਸਤਰੀ ਵਿੰਗ ਦੀ ਨਿਯੁਕਤੀ, ਕਿਸਾਨ ਵਿੰਗ ਦੇ ਵੱਡੇ ਅਹੁਦੇਦਾਰ ਤੇ ਬਾਪੂ ਜੀ 2 ਮਿੰਟ ਤੇ ਆਮ ਆਦਮੀ ਪਾਰਟੀ ਤੇ ਦਰਅਸਲ ਲੋਕੀ ਨਾ ਸਾਰੇ ਸਤਾਏ ਹੋਏ ਸੀ, ਕਾਂਗਰਸ ਤੋਂ ਸਤਾਏ ਸੀ, ਬਾਦਲ ਦਲ ਤੋਂ ਸਤਾਏ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਤੀਜਾ ਬਦਲ ਚਾਹੀਦਾ ਸੀ, ਉਹਨਾਂ ਨੂੰ ਤੀਜਾ ਬਦਲ ਚਾਹੀਦਾ ਸੀ, ਉਹਨਾਂ ਨੇ ਇਹਨਾਂ ਨੂੰ ਲਿਆਂਦਾ ਨਹੀਂ ਜੀ, ਉਹਨਾਂ ਕੋਲੇ ਕੋਈ ਆਪਸ਼ਨ ਨਹੀਂ ਸੀ। ਉਹ ਆਪਸ਼ਨ ਨਾ ਹੋਣ ਕਰਕੇ ਉਹਨਾਂ ਨੇ ਆਪਣਾ ਗੁੱਸਾ ਕੱਢਿਆ ਈਵੀਐਮ ਮਸ਼ੀਨਾਂ ਤੇ ਦਬ ਦਬ ਕੇ, ਉਹਨਾਂ ਨੇ ਇਹਨਾਂ ਨੂੰ ਨਹੀਂ ਜਿਤਾਇਆ, ਉਹਨਾਂ ਨੇ ਇਹਨਾਂ ਨੂੰ ਦੂਜਿਆਂ ਨੂੰ ਹਰਾਇਆ। ਤੁਸੀਂ ਇਹ ਗੱਲ ਯਾਦ ਰੱਖਿਓ, ਇਹ ਬਦਲ ਨਹੀਂ ਗਾ, ਉਹਨਾਂ ਕੋਲੇ ਕੁਛ ਨਹੀਂ ਗਾ ਸੀ, ਇਹ 92 MLA, ਇਹ ਦੁਬਾਰਾ ਤੋਂ ਪੰਜਾਬ ਦੀ ਧਰਤੀ ਤੇ ਤੁਹਾਨੂੰ ਇਹ ਲੁਪਤ ਹੋ ਜਾਣਗੇ, ਦੁਬਾਰਾ ਤੋਂ ਇਹਨਾਂ ਦਾ ਇੱਕ ਵੀ ਆਦਮੀ ਜਿੱਤੇਗਾ ਨਹੀਂ। ਤੇ ਆਉਣ ਵਾਲੀ 27 ਦੀ ਜਿਹੜੀ ਸਰਕਾਰ ਹੈਗੀ ਆ ਉਸ ਹੀ ਬਣਾਵਾਂਗੇ, ਤੇ ਅੱਜ ਬਰਨਾਲੇ ਦੇ ਵਿੱਚ ਆਉਣ ਦਾ ਮੁੱਖ ਕਾਰਨ ਹੈਗਾ ਕਿ ਬਰਨਾਲੇ ਦੀ ਧਰਤੀ ਨੂੰ ਇੱਕ ਨੌਜਵਾਨ ਪੜ੍ਹਿਆ ਲਿਖਿਆ ਇੱਕ ਚਿਹਰਾ ਚਾਹੀਦਾ ਹੈਗਾ ਜਿਹੜਾ ਬਰਨਾਲੇ ਇੰਡਸਟਰੀ ਦੀ ਤਰੱਕੀ ਕਰ ਸਕੇ। ਤੇ ਅਸੀਂ ਸਾਰੀ ਪਾਰਟੀ ਨੇ ਆਪਣੇ ਵੱਲੋਂ ਇੱਕ ਪੱਤਰ ਲਿਖ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕੀਤੀ ਹੈ, ਪ੍ਰਤੀ ਬੇਨਤੀ ਸਾਡੇ ਵੱਲੋਂ ਇਹ ਹੈਗੀ ਆ ਕਿ ਇੱਥੋਂ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਉਹ ਇੱਥੋਂ ਚੋਣ ਲੜਨ ਤੇ ਬਰਨਾਲੇ ਨੂੰ ਪੰਜਾਬ ਦਾ ਸਭ ਤੋਂ ਟੌਪ ਦਾ ਹਿੱਸਾ ਬਣਾਉਣ ਕੇ ਬਰਨਾਲਾ ਪੰਜਾਬ ਦੇ ਨਕਸ਼ੇ ਤੇ ਆਵੇ। ਜੇਕਰ ਗੋਬਿੰਦ ਸੰਧੂ ਚੋਣ ਲੜਦੇ ਆ ਤੇ ਉਹਨਾਂ ਦੇ ਮੁੱਖ ਮੁੱਦੇ ਇੱਥੇ ਹੋਣਗੇ ਵਪਾਰ ਨੂੰ ਸਿਰਜਿਤ ਕਰਨ ਦੇ, ਵਪਾਰ ਨੂੰ ਜਿਹੜੇ ਜਿਹੜੇ ਮਾਨ ਸਾਹਿਬ ਨੇ ਅੱਜ ਤੱਕ ਬਿਜਲੀ ਦੇ ਨਵੀਨੀਕਰਨ ਦੇ ਪ੍ਰੋਜੈਕਟ ਲਿਆਏ ਆ ਉਹ ਪ੍ਰੋਜੈਕਟਾਂ ਨੂੰ ਵੀ ਫਟਾਫਟ ਜਿਹੜੇ ਪਾਇਲਟ ਪ੍ਰੋਜੈਕਟ ਹੈਗੇ ਸੀ ਤੁਰੰਤ ਬਰ ਤੁਰੰਤ ਇੱਥੇ ਲਿਆ ਕੇ ਉਹਨਾਂ ਨੂੰ ਲੋਕਾਂ ਨੂੰ ਸੁਵਿਧਾਵਾਂ ਦੇਣ ਤਾਂ ਕਿ ਕਿਸੇ ਦਾ ਵੀ ਬੱਚਾ ਕਿਸੇ ਨੂੰ ਵੀ ਕਰੰਟ ਨਾ ਲੱਗ ਸਕੇ। ਤੇ ਵਪਾਰ ਵਾਸਤੇ ਉਹਨਾਂ ਨੇ ਇੱਕ ਸਪੈਸ਼ਲ ਪਾਲਿਸੀ ਤਿਆਰ ਕੀਤੀ ਹੋਈ ਹੈ ਜਿਹਦੇ ਲਈ ਉਹਨਾਂ ਨੇ ਵਪਾਰ ਵਿੰਗ ਦਾ ਮੈਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ, ਤੇ ਉਹ ਅਸੀਂ ਪਾਲਿਸੀ ਜਲਦੀ ਅਸੀਂ ਪ੍ਰੈਸ ਦੇ ਵਿੱਚ ਨਸ਼ਰ ਕਰਾਂਗੇ। ਮੇਨ ਉਹਨਾਂ ਨੇ ਵਪਾਰੀ ਜਿਹੜੇ ਭਰਾ ਆ ਗਿਆ ਉਹਨਾਂ ਲਈ ਇੱਕ ਪਾਲਿਸੀ ਤਿਆਰ ਕੀਤੀ ਹੈ ਤਾਂ ਕਿ ਬਰਨਾਲਾ ਪੰਜਾਬ ਦੀ ਰੀੜ ਦੀ ਹੱਡੀ ਬਣੇ, ਕਿਉਂਕਿ ਇੱਥੇ ਅਗਰਵਾਲ ਬਰਾਦਰੀ ਸਭ ਤੋਂ ਵੱਧ ਹੈ ਤੇ ਇੱਥੇ ਕਾਰੋਬਾਰ ਸਭ ਤੋਂ ਵੱਧ ਇੱਥੇ ਲਿਆਉਣਾ ਚਾਹੁੰਦੇ ਹੈਗੇ ਆ।